जी सत श्री अकाल जी सारे नूं। पनीला पंजाबी किचन में तुहाडा स्वागत है जी। अज आपां बना रहे हां मकरोनी दे कुरकरे। सब तो पहला तो जी आपां पानी नूं उबालना रखता सी, पानी उबल लग पिया ते इहदे विच आपां हुण नमक पावांगे 1 चम्मच ते 1 चम्मच जी आपां इहदे विच ऑयल दा पावांगे। तुसीं कोई भी ऑयल यूज कर सकते हो, मैं इस तरह ही पाता अंदाजे जी नाल। ਤੇ ਜਦੋਂ ਨਾ ਪਾਣੀ ਉੱਬਣ ਲੱਗ ਜਾਓ ਆਪਾਂ ਮਕਰੋਨੀ ਫੇਰ ਹੀ ਪਾਉਣੀ ਹੈ। ਜਿਵੇਂ ਹੁਣ ਇਹ 1 ਕੱਪ ਆ ਜੀ, 1.5 ਕੱਪ ਮਕਰੋਨੀ ਦਾ। ਤੇ ਜਿਵੇਂ ਹੁਣ ਪਾਣੀ ਉੱਬਲਦਾ ਤੇ ਹੁਣੇ ਮਕਰੋਨੀ ਪਾਈ ਆ, ਇਸ ਤਰ੍ਹਾਂ ਹੀ ਪਾਉਣੀ ਹੈ ਜੀ। ਆਪਾਂ ਪਹਿਲਾਂ ਪਾ ਦਾਂਗੇ ਠੰਡੇ 'ਚ ਤਾਂ ਇਹਨੇ ਆਪਸ ਵਿੱਚ ਚਿਪਕ ਜਾਣਾ ਤੇ ਫਿਰ ਇਹ ਵਧੀਆ ਨਹੀਂ ਬਣਦੀ। ਤੇ ਹੁਣ ਇਹਨੇ ਅਲੱਗ ਅਲੱਗ ਹੋ ਜਾਣਾ। ਹੁਣ ਆਪਾਂ ਇਹਨਾਂ ਨੂੰ 6-7 ਮਿੰਟਾਂ ਬਾਅਦ ਚੈੱਕ ਕਰਾਂਗੇ। ਆਹ ਲਓ ਜੀ ਮਕਰੋਨੀ ਆਪਣੀ ਉਬਾਲ ਲਈ ਆ। ਇਹਨੂੰ ਨਾ ਫਿਰ 80% ਤੱਕ ਪਕਾਇਆ, ਜਿਵੇਂ ਬਸ 80-90% ਤੱਕ ਹੀ ਆਪਾਂ ਪਕਾਉਣਾ। ਅਤੇ ਥੋੜ੍ਹੀ ਜਿਹੀ ਹਲਕੀ ਜਿਹੀ ਆਪਾਂ ਇਹਦੇ ਵਿੱਚ ਸਖਤ ਜਿਹੀ ਰੱਖਣੀ ਆ, ਜਿਵੇਂ ਉਹ ਤਾਂ ਪੂਰੀ ਕੁੱਕ ਹੋਣੀ ਚਾਹੀਦੀ ਆ। ਬਸ ਤੁਸੀਂ ਇਹ ਅੰਦਾਜ਼ੇ ਜਿਹੇ ਨਾਲ ਹੀ ਦੇਖ, ਤੁਸੀਂ ਆਪ ਹੀ ਦੇਖ ਲੈਣਾ ਅੰਦਾਜ਼ੇ ਨਾਲ, ਜਿਵੇਂ ਵੀ 81% ਤੱਕ ਵੀ ਪੱਕ ਗਈ ਆ। ਅਤੇ ਹੁਣ ਆਪਾਂ ਪਾਇਆ ਜੀ ਬਰਫ਼ ਵਾਲਾ ਠੰਡਾ ਪਾਣੀ। ਅਤੇ ਇਹਦੇ ਨਾਲ ਇਹਦੀ ਕੁਕਿੰਗ ਰੁਕ ਜਾਂਦੀ ਆ, ਕਿਉਂਕਿ ਆਪਾਂ ਇਹਨੂੰ ਜ਼ਿਆਦਾ ਨਹੀਂ 100% ਤੱਕ ਕੁੱਕ ਕਰਨਾ। ਜਦੋਂ ਗਰਮ ਹੁੰਦੀ ਆ ਚੀਜ਼ ਫਿਰ ਬਾਅਦ 'ਚ ਵੀ ਪੱਕ ਜਾਂਦੀ ਆ। ਅਤੇ ਇਹ ਲਓ ਜੀ ਆਪਾਂ ਪਾਣੀ 2 ਮਿੰਟ ਆਪਾਂ ਇਹਨੂੰ ਸਟੇਨਰ 'ਚ ਰੱਖਿਆ, ਪਾਣੀ ਇਹਦਾ ਬਿਲਕੁਲ ਨਿਕਲ ਗਿਆ, ਇਹਨੂੰ ਬਿਲਕੁਲ ਪਾਣੀ ਇਹਦਾ ਕੱਢ ਦੇਣਾ। ਅਤੇ ਫਿਰ ਆਪਾਂ ਇਹ 'ਚ ਮਿਲਾਵਾਂਗੇ 3 ਚਮਚ ਕੋਰਨ ਸਟਾਰਚ, ਕੋਰਨ ਫਲੋਰ ਵੀ ਕਹਿੰਦੇ ਆ ਇਹਨੂੰ। ਅਤੇ 1 ਚਮਚ ਪਾਇਆ, 1.5 ਚਮਚ ਪਾਇਆ ਆਪਾਂ ਮੈਦੇ ਦਾ। ਅਤੇ ਇਹ ਆਪਾਂ ਸਾਰਾ ਮਿਕਸ ਕਰਾਂਗੇ ਮੈਦਾ ਅਤੇ ਕੋਰਨ ਫਲੋਰ ਦੋਨਾਂ ਨੂੰ, ਫਿਰ ਚੰਗੀ ਤਰ੍ਹਾਂ ਮਕਰੋਨੀ ਕੋਟ ਹੋ ਜੇ। ਜਦੋਂ ਨਾ ਜ਼ਿਆਦਾ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜ਼ਿਆਦਾ ਜਿਹੜਾ ਹੁੰਦਾ ਇਹਤੇ ਲੱਗਿਆ ਹੋਇਆ ਆਟਾ, ਜਿਵੇਂ ਆਪਾਂ ਜੋ ਵੀ ਮਿਲਾਇਆ ਵਿੱਚ, ਉਹ ਥੋੜ੍ਹਾ ਜਿਹਾ ਆਪਾਂ ਸਟੇਨਰ 'ਚ ਪਾ ਕੇ ਅਤੇ ਉਹਨੂੰ ਝਾੜ ਦੇਣਾ, ਮਤਲਬ ਕਿ ਜਿਹੜਾ ਐਕਸਟਰਾ ਹੋ ਜੂਗਾ ਉਤਰ ਜੂਗਾ। ਆ ਲਓ ਜੀ ਆਪਾਂ ਬਾਇਲ ਰੱਖਤਾ, ਹੁਣ ਆਪਾਂ ਕਰਾਂਗੇ ਫਰਾਈ। ਇਸ ਤਰ੍ਹਾਂ ਆਪਾਂ ਸਟੇਨਰ 'ਚ ਪਾ ਕੇ, ਮੈਂ ਇਹਨੂੰ ਪਹਿਲਾਂ ਹੀ ਕਰ ਚੁੱਕੀ ਹਾਂ ਆਲਰੇਡੀ, ਤੁਹਾਨੂੰ ਦੱਸ ਰਹੀ ਹਾਂ ਵੀ ਇਸ ਤਰ੍ਹਾਂ ਇਹਨੂੰ ਛਾਣ ਲੈਣਾ ਵੀ ਜਿਹੜਾ ਐਕਸਟਰਾ ਆਟਾ ਉਹ ਉਤਰ ਜੂਗਾ। ਅਤੇ ਹੁਣ ਆਪਾਂ ਕਰਾਂਗੇ ਫਰਾਈ। ਜਦੋਂ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ, ਅਤੇ ਉਦੋਂ ਬਾਅਦ ਆਪਾਂ 1-2 ਮਿੰਟ ਲਈ ਆਪਾਂ ਜ਼ਿਆਦਾ ਨਹੀਂ ਛੇੜਾਂਗੇ, ਆਪਣੇ ਆਪ ਹੀ ਇਹਨਾਂ ਨੇ ਅਲੱਗ ਹੋ ਜਾਣਾ ਅਤੇ ਉੱਪਰ ਆ ਜਾਣਾ ਇਹਨਾਂ ਨੇ ਮਕਰੋਨੀ ਨੇ। ਥੋੜ੍ਹੇ ਜਿਹੇ ਪੱਕਣ ਤੋਂ ਬਾਅਦ ਆਪਾਂ ਇਹਨਾਂ ਨੂੰ ਹਿਲਾਵਾਂਗੇ, ਮਕਰੋਨੀ ਆਪਣੀ ਪੱਕ ਚੁੱਕੀ ਆ। ਆਪਾਂ ਇਹਨਾਂ ਨੂੰ ਮੀਡੀਅਮ ਗੈਸ 'ਤੇ ਪਕਾਇਆ ਜੀ। ਇਸ ਤਰ੍ਹਾਂ ਆਪਾਂ ਬਣਾ ਲੈਣੀ ਆ ਸਾਰੀ ਮਕਰੋਨੀ ਨੂੰ ਆਪਾਂ ਤਿਆਰ ਕਰ ਲਾਂਗੇ। ਬਣਾ ਕੇ ਫਿਰ ਆਪਾਂ ਕਰਾਂਗੇ ਮਸਾਲੇ ਐਡ ਇਹਦੇ ਵਿੱਚ। ਲਓ ਜੀ ਮੈਂ ਮਕਰੋਨੀ ਬਣਾ ਕੇ ਤਿਆਰ ਕਰ ਲਈ ਆ। ਹੁਣ ਆਪਾਂ ਮਸਾਲੇ ਲਏ ਨੇ ਇਹਦੇ ਲਈ, ਲਾਲ ਮਿਰਚ, ਜੀਰਾ ਪਾਊਡਰ, ਚਾਟ ਮਸਾਲਾ ਅਤੇ ਚਿੱਲੀ ਫਲੈਕਸ। ਇਹ ਚਾਰੇ ਮਸਾਲੇ ਆਪਾਂ ਪਾ ਦੇਣੇ ਨੇ। ਨਮਕ ਉਹਦੇ ਵਿੱਚ ਹੀ ਹੁੰਦਾ ਜਿਵੇਂ ਚਾਟ ਮਸਾਲੇ 'ਚ, ਕੁਛ ਆਪਾਂ ਨਮਕ ਪਹਿਲਾਂ ਪਾਣੀ 'ਚ ਵੀ ਪਾਇਆ ਸੀ। ਅਤੇ ਇਹਨਾਂ ਨੂੰ ਨਾ ਬੋਕਸ ਨੂੰ ਉੱਤੇ ਢੱਕਣ ਲਗਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਹ ਆਪਾਂ ਮਿਕਸ ਕਰ ਲਿਆ, ਇਸ ਤਰ੍ਹਾਂ ਦੇ ਹੋ ਗਏ ਨੇ। ਬੱਚਿਆਂ ਦਾ ਫੇਵਰੇਟ ਸਨੈਕ ਆ ਜੀ ਕੁਰਕਰੇ, ਤਾਂ ਬੱਚਿਆਂ ਨੂੰ ਵੈਸੇ ਬਹੁਤ ਪਸੰਦ ਹੁੰਦੇ ਨੇ, ਆਪਾਂ ਘਰ ਬਣਾ ਕੇ ਵੀ ਦੇ ਸਕਦੇ ਹਾਂ। ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ, ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਇਹ ਦੇਖੋ ਜੀ ਫਿਰ ਮੈਂ ਤੋੜ ਕੇ ਦਿਖਾਉਂਦੀ ਹਾਂ, ਵਧੀਆ ਕ੍ਰਿਸਪੀ ਬਣੇ ਨੇ। ਥੋੜ੍ਹਾ ਜਿਹਾ ਕੈਮਰਾ ਇੱਧਰ ਸਾਈਡ 'ਤੇ ਹੋ ਗਿਆ ਅਤੇ ਕ੍ਰਿਸਪੀ ਬਣੇ ਨੇ ਜੀ, ਬਹੁਤ ਵਧੀਆ ਬਣੇ ਨੇ। ਤੁਸੀਂ ਜ਼ਰੂਰ ਟਰਾਈ ਕਰਿਓ, ਬੱਚਿਆਂ ਨੂੰ ਘਰ ਬਣਾ ਕੇ ਦਿਓ, ਕਿਉਂ ਬਾਹਰੋਂ ਵੀ ਬੱਚੇ ਖਰੀਦ ਕੇ ਖਾਂਦੇ ਹੀ ਆ। ਅਤੇ ਜੇ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਮੈਨੂੰ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਲੱਗੀ। ਮਿਲਾਂਗੇ ਆਪਾਂ ਕੋਈ ਨਵੀਂ ਰੈਸਪੀ ਦੇ ਨਾਲ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸਬਸਕ੍ਰਾਈਬ ਜ਼ਰੂਰ ਕਰਿਓ।